ਵੀਰ ਸਰ ਤਹਿਸੀਲਦਾਰ ਸਾਹਿਬ ਨੂੰ ਕਿਹਾ ਕਿ ਉਹਨਾਂ ਨੇ ਕੁਛ ਹਾਲੀ ਅੱਜ ਕਰਦੇ ਕੱਲ੍ਹ ਕਰਦੇ ਆ ਲਮਕਾ ਗਏ ਆ। ਹੁਣ ਕਹਿੰਦੇ ਡੀਸੀ ਸਾਹਿਬ ਨੂੰ ਫਿਰ ਮੈਂ ਭੇਜ ਜਾਵਾਂਗਾ। ਹਾਂ ਇਹ ਰਿਪੋਰਟ ਹੈ ਕਿ ਮੇਰੇ 2 ਸਾਲ ਹੋ ਗਏ ਮੈਂ ਧੱਕੇ ਖਾਣੇ, ਰੋਜ਼ ਸਵੇਰੇ ਆਉਣਾ ਤਿਆਰ ਹੋ ਕੇ ਡੀਸੀ ਸਾਹਿਬ ਤਹਿਸੀਲਦਾਰ ਸਾਹਿਬ ਕਰ ਦਿਓ। ਮੈਂ ਤਾਂ ਰੋਜ਼ ਮਿਲਦਾ ਤਹਿਸੀਲਦਾਰ ਸਾਹਿਬ ਨੂੰ, ਮੈਨੂੰ ਦੱਸੋ ਤੁਸੀਂ ਆਪਣਾ ਕੇਸ ਮਾਲ ਮੰਤਰੀ ਨੂੰ ਦਿੱਤਾ? ਹਾਂਜੀ ਇਹ ਦੱਸੋ ਕਿਹਨੂੰ ਦਿੱਤਾ? ਲਿਖਿਆ ਸਾਨੂੰ ਦਿੱਤਾ ਗਿਆ। ਉਹ ਮਜੀਠੀਆ ਸਾਹਿਬ ਆਪਣੇ ਜਦ ਚਲ ਗਏ ਬਾਪੂ ਹੁਣ ਆ ਦੱਸ। ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਵੱਲੋਂ ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ, ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਉਹਨਾਂ ਨੇ ਜਦੋਂ ਪਟਵਾਰੀ ਨੇ ਨਵੀਂ ਜਮ੍ਹਾਂਬੰਦੀ ਬਣਾਈ ਆ, ਉਹਨਾਂ ਨੇ ਮੈਨੂੰ ਬਣਾਤਾ ਕੇ ਟੇਕਰ। ਪਹਿਲਾਂ ਮੈਂ ਮਾਲਕੀ ਖਾਨੇ 'ਚ ਹੈਗਾ ਸੀ, ਉਹਨਾਂ ਸਾਰੇ ਕਦੀ ਪਟਵਾਰੀ ਨੇ ਰਿਪੋਰਟ ਕੀਤੀ, ਕਾਨਗੋ ਨੇ ਕੀਤੀ, ਸਦਰ ਕਾਨਗੋ ਨੇ ਕੀਤੀ, SDM ਨੇ ਕੀਤੀ, ਤਹਿਸੀਲਦਾਰ DC ਸਾਹਿਬ ਨੂੰ ਵੇਖਿਆ, ਸ਼੍ਰੀ ਤਲਵਾਰ ਸਾਹਿਬ DC ਸਾਹਿਬ ਨੂੰ ਮਿਲਿਆ ਮੈਂ। ਉਹਨੇ ਸਾਰੀ ਰਿਪੋਰਟ ਮੇਰੀ ਵੇਖੀ ਪੜ੍ਹੀ ਅਤੇ ਉਹਨੇ ਕਿਹਾ ਇਹ ਤਾਂ ਮਾਮੂਲੀ ਗੱਲ ਹੈ, ਫਰਦ ਬਦਲ ਬਣਨੀ ਆ। ਵੀਰ ਸਰ ਤਹਿਸੀਲਦਾਰ ਸਾਹਿਬ ਨੂੰ ਕਿਹਾ ਅਤੇ ਉਹਨਾਂ ਨੇ ਕੁਛ ਹਾਲੀ ਅੱਜ ਕਰਦੇ ਕੱਲ੍ਹ ਕਰਦੇ ਆ ਲਮਕਾ ਗਏ। 4 ਮਹੀਨੇ ਹੁਣ ਕਹਿੰਦੇ DC ਸਾਹਿਬ ਨੂੰ ਫਿਰ ਮੈਂ ਭੇਜ ਜਾਵਾਂਗਾ। ਇਹ ਰਿਪੋਰਟ ਹੈ ਕਿ ਮੇਰੇ 2 ਸਾਲ ਹੋ ਗਏ ਮੈਂ ਧੱਕੇ ਖਾਣੇ, ਰੋਜ਼ ਸਵੇਰੇ ਆਉਣਾ ਤਿਆਰ ਹੋ ਕੇ DC ਸਾਹਿਬ ਤਹਿਸੀਲਦਾਰ ਸਾਹਿਬ ਕਰ ਦਿਓ। ਮਿਲਿਓ ਮੈਂ ਤਾਂ ਰੋਜ਼ ਮਿਲਦਾ ਤਹਿਸੀਲਦਾਰ ਸਾਹਿਬ ਨੂੰ। ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ, ਰੁਕ ਲੈ ਕੇ ਅੱਜ ਪਹੁੰਚੇ ਤਾਂ 2-2 ਸਾਲ ਤੋਂ ਲੋਕਾਂ ਦੀਆਂ ਜੋ ਇੰਤਕਾਲਾਂ ਨੇ ਉਹ ਰੁਕੀਆਂ ਪਈਆਂ ਨੇ, ਤਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਵੱਲੋਂ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ, ਤਾਂ ਮੌਕੇ 'ਤੇ ਜਿਹੜਾ ਨਿਪਟਾਰਾ ਹੈ ਉਹ ਵੀ ਕਰਨ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ। ਤੁਸੀਂ ਹੁਣ ਆਪਣੀ ਇੱਕ ਐਪਲੀਕੇਸ਼ਨ ਬਣਾ ਕੇ ਲਿਆਓ, 15 ਤਰੀਕ ਤੋਂ ਬਾਅਦ ਆਓ, ਮੈਂ ਤੁਹਾਡੀ ਜਿੰਪਾ ਸਾਹਿਬ ਦਾ ਮੀਟਿੰਗ ਕਰਾਉਂਦਾ, ਕੈਪ ਸਿਨਾ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਦਾ ਮੀਟਿੰਗ ਕਰਾਉਂਦਾ ਤੁਹਾਡੀ, ਠੀਕ ਹੈ? ਫਿਰ ਤੁਹਾਡਾ ਮਸਲਾ ਹੱਲ ਕਰਦੇ ਆ, ਕੋਈ ਨੀ ਕਰਦੇ ਨੀ, ਸੋਚੋ ਸਰ ਤੁਹਾਡਾ। ਹਾਂ ਨਾ ਨਾ ਉਹ ਕੋਈ ਗੱਲ ਠੀਕ ਸਰ, ਓਕੇ ਥੈਂਕ ਯੂ ਸਰ। ਗੱਲਬਾਤ ਕਰਨ ਦੀ ਕੋਸ਼ਿਸ਼ ਉਪਰਾਲਾ ਜੀ, ਅੱਜ ਵੱਖ ਵੱਖ ਮੰਤਰੀਆਂ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀ, ਤੁਹਾਡੇ ਵੱਲੋਂ ਕੀ ਕੁਝ ਦੇਖਿਆ ਗਿਆ? ਨਹੀਂ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਮਤਲਬ ਜਿਹੜਾ ਅੱਜ ਕੈਂਪ ਜਿਹੜੇ ਇੰਤਕਾਲ ਵਾਸਤੇ ਪੂਰੇ ਪੰਜਾਬ 'ਚ ਲਾਏ, ਉਹਦਾ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦਾ ਪਰਿਵਾਰ ਖਾਂਦਿਆਂ ਤਹਿਸੀਲਾਂ ਦੇ ਵਿੱਚ ਜਿਹੜੇ ਫੇਰੇ ਪੈਂਦੇ ਉਹ ਮਤਲਬ ਖਤਮ ਹੋ ਜਾਣ, ਸਮਝ ਗਏ? ਦੇਖਿਆ ਗਿਆ ਤੁਹਾਡੇ ਵੱਲੋਂ? ਨਹੀਂ ਵਧੀਆ ਠੀਕ ਹੈ, ਜਿੰਨੇ ਪੈਂਡਿੰਗ ਕੇਸ ਆਪਾਂ ਕਰ ਰਹੇ ਹੈਗਾ ਥੋੜ੍ਹੀ ਪ੍ਰੋਬਲਮ ਤਾਂ ਹੁੰਦੀ ਆ, ਪਰ ਪਤਾ ਹੀ ਤੇ ਕੈਂਪ ਲਾਇਆ ਉਦਾਂ ਤੇ ਲਾਏ ਨਹੀਂ। ਕੁਝ ਲੋਕ ਕਹਿ ਰਹੇ ਸੀ 2-2 ਸਾਲ ਹੋ ਗਏ ਉਹਨਾਂ ਨੂੰ, ਉਹਨਾਂ ਦੇ ਇੰਤਕਾਲਾਂ ਜਿਹੜੀਆਂ ਰੁਕੀਆਂ ਪਈਆਂ। ਮੈਂ ਕਿਹਾ ਮਾਦਾ ਅੱਜ ਤੋਂ ਬਾਅਦ ਖਤਮ ਹੋ ਜਾਊਗਾ ਕੰਮ, ਤੁਸੀਂ ਕਬਲਾਓ। ਬਿਲਕੁਲ, ਦੇਖੋ ਕੁਲਦੀਪ ਸਿੰਘ ਧਾਲੀਵਾਲ ਜੋ ਅੱਜ ਅੰਮ੍ਰਿਤਸਰ ਤਹਿਸੀਲ ਵਿਖੇ ਪਹੁੰਚੇ ਤਾਂ ਉਹਨਾਂ ਵੱਲੋਂ ਜਿਹੜਾ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ, ਤਹਿਸੀਲ 1 ਦੇ ਵਿੱਚ, ਤਹਿਸੀਲ ਨੰਬਰ 2 ਦੇ ਵਿੱਚ, ਰਾਜਸੰਸੀ ਦੇ ਵਿੱਚ, ਅਜਨਾਲਾ ਦੇ ਵਿੱਚ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਮਜੀਠੇ ਵੀ ਉਹਨਾਂ ਵੱਲੋਂ ਜਾਇਆ ਜਾਏਗਾ, ਤਾਂ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਜਿਹੜੇ ਹੱਲ ਦਾ ਜਿਹੜਾ ਭਰੋਸਾ ਹੈ ਉਹ ਦਿੱਤਾ ਜਾ ਰਿਹਾ ਹੈ। ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ, ਸਮਰ ਨਿਊਜ਼ ਅੰਮ੍ਰਿਤਸਰ।